ਗਿਆਨ ਜਿਹੜਾ ਸੀ ਨਾ ਧੋਤਾ ਸੀ। ਅੱਛਾ, ਕੋਈ ਉੱਥੇ ਪਤਾ ਨਹੀਂ ਸੀ ਵੀ ਸਾਈਆਂ ਵਾਲੀ ਤਾਂ ਬੋ ਹੈ ਹੀ ਕੋਈ ਨਹੀਂ। ਸਹੀ ਹੈ, ਨਾ ਨਾ ਖਾਣ 'ਚ ਬੋ, ਨਾ ਉਹਦੇ 'ਚ ਬੋ, ਨਾ ਉੱਥੋਂ ਕੋਈ ਗਾਣੀ ਬੋ, ਪਤਾ ਪਾਸੇ ਨਿਕਲ ਜਾਓ ਸਾਈਆਂ ਦਾ ਪਤਾ ਚੱਲਦਾ। ਮਕਾਨ ਉਹਦਾ ਕਿੰਨੀਆਂ ਪੋਰਸ਼ਨ ਸਰ? ਦੋ ਮੰਜ਼ਿਲ ਸੀ, ਦੋ ਢਾਈ ਮੰਜ਼ਿਲ। ਸਹੀ, ਆਪੀ ਰੋਜ਼ ਮਕਾਨ ਧੋਂਦਾ ਸੀ? ਨਹੀਂ, ਜਦੋਂ ਸਰਕਾਰ ਆਉਂਦਾ ਸਰ। ਅੱਛਾ ਅੱਛਾ, ਉਦੋਂ ਧੋਂਦਾ ਸੀ। ਫੁੱਲ ਤਿਆਰੀ ਕਰਦਾ? ਫੁੱਲ ਤਿਆਰੀ ਕਰਦਾ। ਇਹ ਕਿਹੜੇ ਬੰਦੇ ਦੀ ਗੱਲ ਹੋ ਰਹੀ ਹੈ? ਗਿਆਨ ਸਾਹਿਬ ਦੀ। ਗਿਆਨ ਸਾਹਿਬ ਦੀ। ਕਿੱਥੋਂ ਦੇ ਰਹਿਣ ਵਾਲੇ ਸਨ? ਬਹੁਤ ਮੰਨਣ ਵਾਲਾ ਜੀ, ਕਰਾਚੀ ਦੇ। ਮੇਰਾ ਕਬਰਸਤਾਨ ਦੇ ਵਿੱਚ ਨੇ। ਮੈਂ ਵੀ ਥੋੜ੍ਹਾ ਬਹੁਤਾ ਉਹਨਾਂ ਨੂੰ ਮਿਲਿਆ ਵੇਖਿਆ, ਮੈਂ ਚਲੋ ਉਦੋਂ ਮੇਰੀ ਵਾਕਫੀਅਤ ਨਹੀਂ ਸੀ, ਉਂਝ ਇਹ ਮੈਨੂੰ ਪਤਾ ਕਿ ਇਹ ਬੰਦਾ ਕਰਾਚੀਓਂ ਆਇਆ, ਇਹ ਨਹੀਂ ਸੀ ਪਤਾ ਕਿ ਨਾ ਕੀ ਇਹ ਕੌਣ ਹੈ। ਅਕਰਮ ਦਾਬਾ ਬੜੇ ਬੱਕਰਾ ਸ਼ਬਕਰੇ ਵੀ ਲੈ ਕੇ ਆਉਂਦੇ ਹਨ, ਬਹੁਤ ਹੀ ਮੰਨਣ ਵਾਲੇ ਲੋਕ ਸਨ, ਆਲਾ ਲੋਕ ਸਨ। ਚਲੋ।